ਕਬਾੜੇ ਦੀ ਦੁਕਾਨ ਤੋਂ ਫੈਲੀ ਅਜੀਬੋ ਗਰੀਬ ਗੈਸ ਲੋਕਾਂ 'ਚ ਮਚੀ ਹਫੜਾ ਦਫੜੀ। ਸਾਹ ਲੈਣ ਦੇ ਵਿੱਚ ਲੋਕਾਂ ਨੂੰ ਆ ਰਹੀ ਦਿੱਕਤ। ਤਾਂ ਦੱਸ ਦੇ ਕਿ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਬਾੜੀ ਦੀ ਦੁਕਾਨ ਤੋਂ ਅਜੀਬੋ ਗਰੀਬ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਗੈਸ ਫੈਲਣ ਕਾਰਨ 500 ਮੀਟਰ ਤੱਕ ਦਾ ਇਲਾਕਾ ਪ੍ਰਭਾਵਿਤ ਹੋ ਗਿਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਦੀ ਹੈ ਤੇ ਗੈਸ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਗੈਸ ਦੀ ਕਿਸਮ ਦਾ ਪਤਾ ਨਾ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਟੀਮ ਵੀ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਗਈ ਹੈ। ਤਾਂ ਵੇਖ ਸਕਦੇ ਹੋ ਉਹਨਾਂ ਨੇ ਵੀ ਆਪਣਾ ਮੂੰਹ ਬੰਨ ਰੱਖਿਆ ਗੈਸ ਤੋਂ ਬਚਣ ਦੇ ਲਈ, ਕਿਉਂਕਿ ਨੱਕ ਨੂੰ ਚੜ ਰਹੀ ਹੈ ਇਹ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ। ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮੌਕੇ 'ਤੇ ਪਹੁੰਚਣ ਦੀ ਖੇਚਲ ਨਹੀਂ ਕੀਤੀ ਗਈ। ਤਾਂ ਦੱਸ ਦਈਏ ਕਿ ਫਿਲਹਾਲ ਇਸ ਗੈਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਹੜੀ ਗੈਸ ਹੈ, ਪਰ ਗੈਸ ਨੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਦੁਕਾਨਾਂ ਅਤੇ ਘਰਾਂ ਤੋਂ ਬਾਹਰ ਜ਼ਰੂਰ ਕੱਢ ਦਿੱਤਾ ਹੈ। ਤਾਂ ਵੱਡੀ ਖਬਰ ਆ ਰਹੀ ਹੈ, ਤੁਹਾਨੂੰ ਦੱਸ ਦਈਏ ਕਿ ਗੈਸ ਲੀਕ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ। ਫਿਰੋਜ਼ਪੁਰ ਦੇ ਵਿੱਚ ਇਹ ਗੈਸ ਲੀਕ ਹੋਈ ਹੈ ਜਿੱਥੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ, ਜਿੱਥੇ ਕਿ ਇੱਕ ਕਬਾੜੀ ਦੀ ਦੁਕਾਨ ਤੋਂ ਇਹ ਗੈਸ ਲੀਕ ਹੋਈ ਹੈ। ਫਿਲਹਾਲ ਨਹੀਂ ਪਤਾ ਲੱਗ ਪਾਇਆ ਕਿ ਕਿਸ ਤਰੀਕੇ ਦੀ ਗੈਸ ਹੈ ਜਾਂ ਕਿਸ ਤਰੀਕੇ ਦੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਪਰ ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ ਪਾਣੀ ਦੇ ਰਾਹੀਂ ਇਸ ਗੈਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਦੇ ਦੌਰਾਨ ਇਹ ਲੋਕ ਵੀ ਪ੍ਰਭਾਵਿਤ ਹੋਏ ਨੇ। ਵੇਖ ਸਕਦੇ ਹੋ ਇਹਨਾਂ ਨੇ ਵੀ ਆਪਣੇ ਮੂੰਹ ਦੇ ਉੱਤੇ ਕੱਪੜਾ ਬੰਨ ਰੱਖਿਆ। ਸਾਨੂੰ ਨਾ ਜਿੱਦਾਂ ਕੰਟਰੋਲ ਰੂਮ ਤੋਂ ਕਾਲ ਆਈ ਹੈ ਵੀ ਇੱਥੇ ਅੱਗ ਲੱਗੀ ਸਿਲੰਡਰ ਨੂੰ, ਪਰ ਇੱਥੇ ਆਣ ਕੇ ਦੇਖਿਆ ਪਤਾ ਨਹੀਂ ਹੋਰ ਹੀ ਕੋਈ ਗੈਸ ਪਤਾ ਨਹੀਂ ਕਿੱਦਾਂ ਦੀ ਆ, ਅਤੇ ਉਹ ਬਹੁਤ ਜ਼ਿਆਦਾ ਚੜ੍ਹਦੀ ਸਮਝ ਨਹੀਂ ਆ ਰਹੀ ਕਿੱਦਾਂ ਦੀ ਗੈਸ ਆ, ਬੜੀ ਜ਼ਿਆਦਾ ਅੱਖਾਂ ਨੂੰ ਚੜ੍ਹ ਰਹੀ, ਲੋਕ ਬਹੁਤ ਆਸੇ ਪਾਸੇ ਵਾਲੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਅਤੇ ਸਮਝ ਨਹੀਂ ਆ ਰਹੀ ਕਿੱਦਾਂ ਜਿਹੜਾ ਹੈਗਾ ਵੀ ਇਸ ਗੈਸ ਸਾਨੂੰ ਕਿੰਨਾ ਟਾਈਮ ਹੋ ਗਿਆ ਕੰਟਰੋਲ ਕਰ ਰਿਹਾ ਨੂੰ। 2-3 ਘੰਟੇ ਹੋ ਗਏ, ਖਤਮ ਹੀ ਨਹੀਂ ਹੋ ਰਹੀ, ਲਗਾਤਾਰ ਚੱਲ ਰਹੀ ਹੈ। ਜਿਹੜੇ ਦੁਕਾਨ ਦੇ ਮਾਲਕ ਉਹਨਾਂ ਵੱਲੋਂ ਨੀ ਦੱਸਿਆ ਗਿਆ ਕਿ ਗੈਸ ਕਿਸ ਚੀਜ਼ ਦੀ ਹੈ? ਨਹੀਂ ਜੀ, ਉਹ ਨੀ ਦੱਸ ਰਹੇ ਕਿ ਉਹ ਗੈਸ ਕੀਤੀ ਜਾਂਦੇ, ਪਰ ਦੱਸ ਨਹੀਂ ਰਹੇ ਕਾਹਦੀ ਗੈਸ ਆ। ਇਹ ਜਿੱਦਾਂ ਕੋਈ ਤੇਜ਼ਾਬੀ ਪਨ ਤੇਜ਼ਾਬ ਦੀ ਅੱਗ ਕਹਿ ਸਕਦੇ ਹਾਂ, ਉਦਾਂ ਬਾਹਰ ਬਹੁਤ ਲੋਕ ਪਰੇਸ਼ਾਨ ਨੇ ਆਸੇ ਪਾਸੇ ਜੀ। ਮੈਂ ਇੱਥੋਂ ਲੰਘ ਰਿਹਾ ਸੀ ਤੇ ਮੇਥੇ ਕਵਾੜੀਏ ਤੇ ਗੈਸ ਕੋਈ ਲੀਕ ਕਰ ਰਹੀ ਹੈ ਤੇ ਬਹੁਤ ਬੁਰਾ ਹਾਲ ਹੈ ਜੀ। ਤੇ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਹੈ ਕਿ ਛੇਤੀ ਤੋਂ ਛੇਤੀ ਕੋਈ ਨਾ ਕੋਈ ਕਾਰਵਾਈ ਕੀਤੀ। ਅੱਜ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੋਈ, ਕੀ ਮਾਮਲਾ ਹੈਗਾ? ਸਾਡਾ ਇਹ ਸਕ੍ਰੈਪ ਦਾ ਕੰਮ ਹੈ, ਅਸੀਂ ਇੱਥੇ ਆਪਦਾ ਸਕ੍ਰੈਪ ਕਟਿੰਗ ਕਰਨ ਲਈ ਐਲਪੀਜੀ ਸਿਲੰਡਰ ਤੇ ਆਕਸੀਜਨ ਸਿਲੰਡਰ ਯੂਜ਼ ਕਰਦੇ ਹਾਂ। ਉਹਦੇ 'ਚ ਨਾ ਸਾਡੀ ਆਕਸੀਜਨ ਸਿਲੰਡਰ ਥੋੜ੍ਹੀ ਗੈਸ ਬਿਲਕੁਲ ਵਿੱਚ ਸਿਲੰਡਰ ਰਹਿ ਗਈ ਥੋੜ੍ਹੀ ਜਿਹੀ, ਅੰਦਰ ਖੜਾ ਹੋਇਆ ਸੀ ਤੇ ਅਵਾਰਾ ਜਿਹੜੀ ਗਊ ਆਈ ਅੰਦਰ ਆ ਕੇ ਉਹਨੇ ਢੁੱਡ ਮਾਰਿਆ ਤੇ ਉਹ ਸਿਲੰਡਰ ਗਿਰ ਗਿਆ ਤੇ ਉੱਥੋਂ ਫਿਰ ਅਗਲੀ ਉਹਦੀ ਨਿੱਪਲ ਟੁੱਟ ਗਈ ਤੇ ਉਹਦੀ ਬਸ ਥੋੜ੍ਹੀ ਗੈਸ ਲੀਕ ਹੋ ਗਈ ਹੈ ਜੀ। ਜਿਸ ਤਰ੍ਹਾਂ ਫਾਇਰਮੈਨ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਵੀ ਇਹ ਜਿਹੜੀ ਗੈਸ ਹੈਗੀ ਆ ਇੱਕ ਤੇਜ਼ਾਬੀ ਗੈਸ ਲੱਗ ਰਹੀ ਹੈ। ਨਹੀਂ ਨਹੀਂ, ਇਹ ਆਕਸੀਜਨ ਵਾਲੀ ਹੈ ਜਿਹੜੀ ਹੁੰਦੀ ਹੈ ਨਾ, ਉਹਦੇ ਨਾਲ ਉਹੀ ਹੈ ਸਿੰਪਲ ਵਾਲੀ ਜਿਹੜੀ ਹੁੰਦੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਾਨਸ ਸਿਦੇਵ ਹੈ, ਵੈਸੇ ਦੁਕਾਨ ਦਾ ਨਾਮ ਮੇਸ਼ਾ ਗੋੜੀਆ ਹੱਡੀ। ਹਾਂਜੀ, ਤੁਸੀਂ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪਹੁੰਚੇ, ਕੀ ਮਾਮਲਾ ਹੈਗਾ? ਇਹ ਸਰ, ਅਸੀਂ ਸਾਨੂੰ 12:55 ਦੇ ਕਾਲ ਆਈ ਜੀ, ਮੇਸ਼ਾ ਗੋੜੀਆ ਦੁਕਾਨ ਤੇ ਅੱਗ ਲੱਗੀ ਹੈ ਜੀ ਸਿਲੰਡਰ ਨੂੰ, ਤੇ ਅਸੀਂ ਤੁਰੰਤ ਗੱਡੀ ਲੈ ਕੇ ਇੱਥੇ ਪਹੁੰਚੇ ਹਾਂ ਜੀ। ਮੌਕੇ ਦਾ ਵੇਖਿਆ ਤੇ ਇੱਥੇ ਗੈਸ ਬਹੁਤ ਹੀ ਜ਼ਿਆਦਾ ਚੜੀ ਨਹੀਂ ਸੀ, ਜਿਸ ਨਾਲ ਸਾਡੇ ਮੁਲਾਜ਼ਮ ਉਹ ਵੀ ਕਾਫੀ ਮਹਿਸੂਸ ਕਰ ਰਹੇ, ਸਾਹ ਲੈਣ 'ਚ ਮੁਸ਼ਕਲ ਆ ਰਹੀ ਉਹਨਾਂ ਨੂੰ, ਤੇ ਬਾਕੀ ਉਹਨਾਂ ਵੱਲੋਂ ਦੱਸਿਆ ਨਹੀਂ ਜਾ ਰਿਹਾ ਕਿਸ ਚੀਜ਼ ਦੀ ਗੈਸ ਹੈ ਜੀ। ਗੈਸ ਤੇ ਕੋਈ ਹੁਣ ਤੱਕ ਕੁਛ ਕੰਟਰੋਲ ਹੋਇਆ ਤੁਹਾਡਾ ਜੀ? ਹਾਂਜੀ, ਅਸੀਂ ਕਰ ਰਿਹਾ, ਬਹੁਤ 3 ਘੰਟੇ ਹੋ ਰਹੇ ਲਗਾਤਾਰ ਜੀ ਕੰਟਰੋਲ ਕਰ ਰਿਹਾ, ਪਰ ਕੰਟਰੋਲ 'ਚ ਹੋ ਨਹੀਂ ਰਹੀ ਹੈ। ਫਾਇਰ ਬ੍ਰਿਗੇਡ ਦੀ ਇੱਥੇ ਕਿੰਨੀਆਂ ਗੱਡੀਆਂ ਪਹੁੰਚੀਆਂ? ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਜੀ, ਸਾਡੇ ਫਾਇਰ ਅਫਸਰ ਸਾਹਿਬ ਹੈਗੇ ਨੇ, ਇੱਕ ਡਰਾਈਵਰ ਹੈ ਜੀ, 2 ਫਾਇਰਮੈਨ ਹੈ।